ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਜੰਮੂ ਕਸ਼ਮੀਰ ਵਿੱਚ ਪੈ ਰਹੀ ਅੱਤ ਦੀ ਠੰਡ ਤੋਂ ਬਚਣ ਅਤੇ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਬਹੁਤ ਸਾਰੇ ਕਸ਼ਮੀਰੀ ਲੋਕ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੰਮ ਕਰਨ ਲਈ ਆ ਜਾਂਦੇ ਨੇ, ਪਰੰਤੂ ਇਸ ਸਮੇਂ ਪੂਰੇ ਦੇਸ਼ ਭਰ ਦੇ ਨਾਲ ਨਾਲ ਪੰਜਾਬ ਵਿੱਚ ਕਰੋਨਾ ਦੀ ਬਿਮਾਰੀ ਦੀ ਰੋਕਥਾਮ ਲਈ ਲਗਾਇਆ ਗਿਆ ਕਰਫਿਊ ਨੇ ਉਹਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਕਸ਼ਮੀਰੀ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਬਹੁਤ ਸਾਰੇ ਪਰਿਵਾਰ ਨੇ ਜੋ ਕਿ ਇਸ ਸਮੇਂ ਕਰਫਿਊ ਕਾਰਨ ਫਗਵਾੜਾ ਸ਼ਹਿਰ ਵਿੱਚ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ, ਜਦਕਿ ਉਹਨਾਂ ਕੋਲ ਨਾ ਤਾਂ ਰਾਸ਼ਨ ਲੈਣ ਲਈ ਪੈਸੇ ਨੇ ਅਤੇ ਨਾ ਹੀ ਕਮਰੇ ਦਾ ਕਿਰਾਇਆ ਦੇਣ ਲਈ। ਇਸ ਵਕਤ ਬਹੁਤ ਮੁਸ਼ਕਿਲੋਂ ਕਾ ਸਾਹਮਣਾ ਕਰਨਾ ਪੜਤਾ ਹੈ। ਆਪ ਜਾਣਤੇ ਹੈ ਕਿ ਕਰੋਨਾ ਵਾਇਰਸ ਕੀ ਵਜ੍ਹਾ ਸੇ ਹਮਾਰੇ ਯਹਾਂ ਹਿੰਦੁਸਤਾਨ ਕੇ ਅੰਦਰ ਬਹੁਤ ਸਾਰੇ ਮੁਸਾਫਿਰ ਫਸ ਚੁੱਕੇ ਹੈ ਜੋ ਕਿ ਅੰਧੇ ਰਾਜ਼ ਮੇਂ ਹੈ, ਜੈਸੇ ਜੰਮੂ ਕਸ਼ਮੀਰ ਮੇਂ ਹੈ, ਹਿਮਾਚਲ ਮੇਂ ਹੈ, ਬਹੁਤ ਸਾਰੇ ਰਾਜ਼ੋਂ ਕੇ ਅੰਦਰ ਫਸੇ ਹੋਏ ਹੈ। ਔਰ ਮੈਂ ਆਪਸੇ ਯੇ ਗੁਜ਼ਾਰਿਸ਼ ਕਰਤਾ ਹੂੰ ਕਿ ਜੋ ਇਸ ਵਕਤ ਹਮਾਰੀ ਮਜਬੂਰੀ ਹੈ, ਉਸਕੋ ਸਰਕਾਰ ਕੋ ਇਸ ਪਰ ਕੋਈ ਬਾਤਚੀਤ ਕਰਨੀ ਹੋਗੀ। ਔਰ ਬਾਤ ਯੇ ਹੈ ਕਿ ਹਮ ਇਸ ਵਕਤ ਤਕਰੀਬਨ ਯਹਾਂ ਫਗਵਾੜੇ ਕੇ ਅੰਦਰ 200-250 ਸੇ ਜ਼ਿਆਦਾ ਆਦਮੀ ਹੈ, ਔਰ ਸਰਕਾਰ ਕੋ ਚਾਹੀਏ ਕਿ ਹਮ ਪਰ ਕੁਛ ਫੈਸਿਲਿਟੀ ਹਮਾਰੇ ਲੀਏ ਰੱਖੇ। ਔਰ ਜੈਸੇ ਕਿ ਆਪ ਸਮਝਦੇ ਹੋ ਕਿ ਆਜ ਕਰੋਨਾ ਵਾਇਰਸ ਕੇ ਅੰਦਰ ਜੋ ਲਾਕਡਾਊਨ ਕਿਆ ਹੈ, ਹਮੇ ਬਹੁਤ ਮੁਸ਼ਕਿਲਾਂ ਕਾ ਸਾਹਮਣਾ ਕਰਨਾ ਪੜਤਾ ਹੈ। ਰਾਸ਼ਨ ਕਾ, ਜੈਸੇ ਸਬਜ਼ੀ ਵਗੈਰਾ, ਕਿਸੀ ਵੀ ਚੀਜ਼ ਕਾ ਹਮੇ ਬਹੁਤ ਕੁਛ ਮੁਸ਼ਕਿਲਾਂ ਕਾ ਸਾਹਮਣਾ ਕਰਨਾ ਪੜਤਾ ਹੈ। ਔਰ ਇਸੀ ਕੇ ਸਾਥ ਮੈਂ ਆਪਕਾ ਖੈਰ ਮੰਗ। ਅਜਿਹੇ ਹਾਲਾਤਾਂ ਵਿੱਚ ਉਹਨਾਂ ਦਾ ਪੰਜਾਬ ਵਿੱਚ ਰਹਿਣਾ ਬਹੁਤ ਹੀ ਮੁਸ਼ਕਲ ਹੋ ਚੁੱਕਾ ਹੈ। ਉਹਨਾਂ ਨਵਰੰਗ ਚੈਨਲ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਹਨਾਂ ਹਾਲਾਤਾਂ ਵਿੱਚ ਉਹਨਾਂ ਦੇ ਰਹਿਣ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਵੀ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਪਾਲ ਸਕਣ। ਪ੍ਰੋਬਲਮ ਇਹ ਹੈ, ਮਜ਼ਦੂਰੀ ਕਰਨ ਕੇ ਲਈ ਆਏ ਥੇ ਯਹਾਂ, ਮਤਲਬ ਕਰੋਨਾ ਕੀ ਵਜ੍ਹਾ ਸੇ ਲਾਕਡਾਊਨ ਲੱਗ ਗਿਆ ਕਿ ਹਮਕੋ ਅੰਦਰ ਸੇ ਬਾਹਰ ਨਿਕਲਨੇ ਕਾ ਇਜਾਜ਼ਤ ਨਹੀਂ, ਕਿ ਹਮਾਰੇ ਪਾਸ ਜਿਤਨੇ ਵੀ ਪੈਸੇ ਵੋ ਖਤਮ ਹੋ ਚੁੱਕਾ ਹੈ, ਅਬ ਹਮ ਮਜ਼ਦੂਰ ਹੈ। ਦਿੱਕਤ ਇਹ ਹੈ, ਰਾਸ਼ਨ ਕੇ ਮਕਾਨ ਕਾ ਕਿਰਾਇਆ ਵੀ ਹੈ, ਔਰ ਵਾਪਸੀ ਘਰ ਜਾਣੇ ਕਾ ਵੀ ਹੈ, ਪੈਸਾ ਕੋਈ ਵੀ ਨਹੀਂ ਹੈ ਕਿ ਕਿਸੇ ਜਾਏ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।